ਜਿਹਦੀ ਰਹਿੰਦ ਖੂੰਦ ਆਪਣੇ ਆਪ ਨੂੰ ਉਹ ਕਾਂਗਰਸ ਦੱਸਦੀ ਹੈ ਕਿ ਉਹ ਕਾਂਗਰਸ ਨਹੀਂ ਹੈ। ਹਰ ਵਾਰ ਕਹਿ ਦਿੰਦੇ ਹੈ ਅਸੀਂ ਇੰਡੀਅਨ ਨੈਸ਼ਨਲ ਕਾਂਗਰਸ, ਉਹਦੀ ਰਹਿੰਦ ਖੂੰਦ ਹੈ। ਹਿੰਦੁਸਤਾਨ 'ਚ ਇਹਨਾਂ ਦਾ ਵਜੂਦ ਖਤਮ ਹੋ ਗਿਆ। ਬੜੀ ਦਰੇਰੀ ਨਾਲ ਇੱਕ ਆਇਆ ਸ਼ੇਰ ਕਹਾਣ ਵਾਲਾ ਰਾਜਾ ਬੜਿੰਗ, ਨਾਮ ਵੀ ਬੜਾ ਜ਼ਬਰਦਸਤ ਜਿਹਾ ਲੱਗਦਾ ਰਾਜਾ ਬੜਿੰਗ। ਅਤੇ ਮੈਨੂੰ ਲੱਗਿਆ ਯਾਰ ਬੰਦਾ ਕਾਇਮ ਹੈ, ਲੜਨ ਆਇਆ, ਪੰਗਾ ਪਾਊਗਾ ਇਹਦੇ ਨਾਲ। ਪਰ ਮੈਨੂੰ ਕੀ ਪਤਾ ਸੀ ਕਿ ਇਹਦੀਆਂ ਲੱਤਾਂ ਹੀ ਹੈ ਨਹੀਂ। ਬਲਤਕਾਰੀ ਦੀ ਅਤੇ ਬਲਤਕਾਰੀ ਦੇ ਭਰਾ ਦੀਆਂ ਵਿਸਾਖੀਆਂ 'ਤੇ ਚੜੂ ਗਏ ਰਾਜਾ ਬੜਿੰਗ। ਰਾਜੀਵ ਗਾਂਧੀ ਉਹ ਇਹ ਗੱਲ ਕਹਿੰਦਾ ਕਿ ਬੜਾ ਦਰਖਤ ਗਿਰਦਾ ਤਾਂ ਧਰਤੀ ਹਿਲਦੀ ਆ, ਆਪਣੀ ਭਰਜਾਈ ਨੂੰ ਇਹ ਗੱਲ ਕਹਿੰਦਾ ਕਿ ਸਰਦਾਰ ਕੀ ਬੇਟੀ ਕਲਾਰ ਕੀ ਬੇਟੀ। ਅਤੇ ਉਹਦਾ ਕੰਮ ਪੋਤਾ ਜਿਹੜਾ ਉਹਨਾਂ ਸਾਰਿਆਂ ਦਾ ਵਾਰਸ ਆ, ਉਹਨੇ ਅੱਜ ਤੱਕ ਇਸ ਗੱਲ ਦਾ ਖਿਆਲ ਨਹੀਂ ਕੀਤਾ ਕਿ ਟਾਈਗਰ ਮੇਰੇ ਖੱਬੇ ਬੈਠਾ ਅਤੇ ਸੰਜੇ ਕੁਮਾਰ ਸੱਜੇ ਬੈਠਾ, ਕਾਤਲ ਲੋਕ ਨੇ। ਦਰਬਾਰ ਸਾਹਿਬ ਆਇਆ, ਨਮਸਕਾਰ ਕੀਤੀ ਆ, ਮੱਥਾ ਟੇਕਿਆ, ਹਰੇਕ ਤਰ੍ਹਾਂ ਦੀ ਸੇਵਾ ਦੇ ਵਿੱਚ ਕੋਈ ਵਿਘਨ ਨਹੀਂ ਪਾਇਆ ਗਿਆ, ਉਹਦੀ ਸਪੋਰਟ ਕੀਤੀ ਗਈ। ਪਰ ਉਹਨੂੰ ਇਹ ਸਵਾਲ ਪੁੱਛਿਆ ਕਿ ਜਿਹੜੇ ਅਕਾਲ ਤਖ਼ਤ ਨੂੰ ਤੇਰੀ ਦਾਦੀ ਢਾ ਕੇ ਗਈ ਸੀ, ਤੂੰ ਇਹਨੂੰ ਦੇਖਦਾ? ਇਹ ਉਸ ਤੋਂ ਵੀ ਉੱਚਾ ਉਸਰ ਗਿਆ। ਜਿਹੜੀ ਕਾਂਗਰਸ ਦੀ ਸਥਾਪਨਾ ਮੋਹਨਦਾਸ ਕਰਮਚੰਦ ਗਾਂਧੀ ਦੇ ਲਿਖੇ ਹੋਏ ਕੌਂਸਟੀਟਿਊਸ਼ਨ ਨਾਲ ਹੁੰਦੀ ਹੈ, ਜਿਹਦੀ ਰਹਿੰਦ ਖੂੰਦ ਆਪਣੇ ਆਪ ਨੂੰ ਉਹ ਕਾਂਗਰਸ ਦੱਸਦੀ ਹੈ ਕਿ ਉਹ ਕਾਂਗਰਸ ਨਹੀਂ ਹੈ। ਹਰ ਵਾਰ ਕਹਿ ਦਿੰਦੇ ਹੈ ਅਸੀਂ ਇੰਡੀਅਨ ਨੈਸ਼ਨਲ ਕਾਂਗਰਸ, ਉਹਦੀ ਰਹਿੰਦ ਖੂੰਦ ਹੈ। ਹਿੰਦੁਸਤਾਨ 'ਚ ਇਹਨਾਂ ਦਾ ਵਜੂਦ ਖਤਮ ਹੋ ਗਿਆ, ਲੀਡਰ ਆਫ ਓਪੋਜੀਸ਼ਨ ਦਾ ਰਾਈਟ ਨਹੀਂ ਰਿਹਾ। ਕੋਸ਼ਿਸ਼ ਕਰਦੇ ਹਾਂ ਇਹ ਕਿ ਅਸੀਂ ਮੁੜ ਕੇ ਆਪਣੇ ਪੈਰ ਪਸਾਰੀਏ, ਅਤੇ ਇੱਕ ਸਟੈਪ ਅੱਗੇ ਲੈਂਦੇ ਹਾਂ ਅਤੇ 5 ਸਟੈਪ ਪਿੱਛੇ ਡਿੱਗ ਜਾਂਦੇ ਹਾਂ। ਜਿਸ ਬੰਦੇ ਦੇ ਦਾਦੇ ਨੂੰ ਮੁੱਖ ਮੰਤਰੀ, ਉਹਦੇ 2 ਤਾਇਆਂ ਨੂੰ ਮੰਤਰੀ, ਉਹਦੀ ਭੂਆ ਮੰਤਰੀ, ਉਹਦਾ ਮਾਮਾ ਮੰਤਰੀ, ਉਹਦਾ ਭਰਾ ਮੰਤਰੀ, ਆਪ MP, ਪਹਿਲੀ ਗੱਲ ਤਾਂ ਇਹੋ ਜਿਹੇ ਬੰਦੇ ਕਾਂਗਰਸ ਨੂੰ ਛੱਡ ਗਏ। ਅਤੇ ਉਹਦੇ ਖਿਲਾਫ਼ ਬੜੀ ਦਰੇਰੀ ਨਾਲ ਇੱਕ ਆਇਆ ਸ਼ੇਰ ਕਹਾਣ ਵਾਲਾ ਰਾਜਾ ਬੜਿੰਗ, ਨਾਮ ਵੀ ਬੜਾ ਜ਼ਬਰਦਸਤ ਜਿਹਾ ਲੱਗਦਾ ਰਾਜਾ ਬੜਿੰਗ। ਅਤੇ ਮੈਨੂੰ ਲੱਗਿਆ ਯਾਰ ਬੰਦਾ ਕਾਇਮ ਹੈ, ਲੜਨ ਆਇਆ, ਪੰਗਾ ਪਾਊਗਾ ਇਹਦੇ ਨਾਲ। ਪਰ ਮੈਨੂੰ ਕੀ ਪਤਾ ਸੀ ਕਿ ਇਹਦੀਆਂ ਲੱਤਾਂ ਹੀ ਹੈ ਨਹੀਂ। ਇੱਕ ਬਲਤਕਾਰੀ ਦੀ ਅਤੇ ਬਲਤਕਾਰੀ ਦੇ ਭਰਾ ਦੀਆਂ ਵਿਸਾਖੀਆਂ 'ਤੇ ਚੜੂ ਗਏ ਰਾਜਾ ਬੜਿੰਗ। ਕਿਆ ਅੰਮ੍ਰਿਤਾ ਜੀ ਇਹਨਾਂ ਨੂੰ ਨਾਲ ਲੈ ਕੇ ਕਿਤੇ ਕੰਪੇਨ 'ਤੇ ਜਾਣ ਯੋਗ ਹੈ? ਕਿਆ ਲੋਕਾਂ ਦੇ ਸਵਾਲ ਦਾ ਜਵਾਬ ਦੇ ਪਾਣਗੇ? ਕਿਆ ਇਹ ਕੰਪੇਨ ਕਰਦਿਆਂ ਨੂੰ ਜਦ ਉਹ ਭੈਣ ਜਿਹਦੇ ਨਾਲ ਧੱਕਾ ਕੀਤਾ ਉਹ ਸਵਾਲ ਕਰੂਗੀ, ਉਹਦਾ ਜਵਾਬ ਦੇ ਸਕਣਗੇ? ਕਿਆ ਕਾਂਗਰਸ ਪਾਰਟੀ ਅੱਜ ਇਹ ਚਿਹਰਾ ਰੱਖਦੀ ਹੈ ਕਿ ਉਹ ਹਰਿਆਣੇ ਦੇ ਮੰਤਰੀ ਦੇ ਖਿਲਾਫ ਬੋਲ ਸਕਣ, ਰੈਸਲਿੰਗ ਫੈਡਰੇਸ਼ਨ ਦੇ ਚੇਅਰਮੈਨ ਦੇ ਖਿਲਾਫ ਬੋਲ ਸਕਣ, ਦੇਵਗੌੜੇ ਦੇ ਪੁੱਤ ਤੇ ਪੋਤੇ ਦੇ ਖਿਲਾਫ ਬੋਲ ਸਕਣ? ਕਿਆ ਪ੍ਰਿਯੰਕਾ ਗਾਂਧੀ ਜੀ ਲੁਧਿਆਣੇ ਜਾ ਕੇ ਬੈਂਸ ਨੂੰ ਸਰੋਪਾ ਪਾ ਕੇ ਕਹਿਣਗੇ, ਸੱਦਾ ਦੇਣਗੇ
ਕਿ ਜਿੰਨੇ ਰੇਪਿਸਟ ਆ ਜਾਓ ਸਾਡੀਆਂ ਵੋਟਾਂ ਵੱਟੇ ਸੀ, ਜਿਹਨੂੰ ਮਰਜ਼ੀ ਲੈ ਲਾਂਗੇ, ਚੋਰ ਚੱਕਾ ਰੇਪਿਸਟ ਜਿਹੜਾ ਮਰਜ਼ੀ ਆ ਜਾਵੇ। ਇਹਨਾਂ ਨੇ ਜਿਹੜਾ ਪੰਜ ਨਿਆਏ ਲੈ ਕੇ ਜਿਹਦੇ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ, ਨਾਰੀ ਨਿਆਏ, ਉਹ ਤਾਂ ਨੱਪਤਾ ਜਿਵੇਂ ਪੁਰਾਣੇ ਜ਼ਮਾਨੇ 'ਚ ਕੁੜੀ ਨੂੰ ਘੜੇ 'ਚ ਪਾ ਕੇ ਨੱਪਦੇ ਸੀ। ਦੂਜਾ ਨਿਆਏ ਸੀ ਇਹਨਾਂ ਦਾ ਸਾਥ ਦੇਣ ਦਾ, ਕਹਿੰਦੇ ਅਡਾਨੀ ਅੰਬਾਨੀ ਨਹੀਂ, ਅਸੀਂ ਸ਼ੇਅਰ ਕਰਾਂਗੇ। ਕਿਹਦੇ ਨਾਲ? ਸਿਮਰਜੀਤ ਸਿੰਘ ਬੈਂਸ ਦੇ ਮਾਡਲ ਨਾਲ, ਜਿਹਨੇ ਲੁਧਿਆਣੇ ਦੀ ਨਹੀਂ ਹਿੰਦੁਸਤਾਨ ਦੀ ਸਵਿੰਗ ਮਸ਼ੀਨ ਦੀ ਇੰਡਸਟਰੀ ਮਨੋਪਲੀ ਕ੍ਰੀਏਟ ਕਰ ਲਈ, ਧੋਖੇ ਨਾਲ ਲੋਕਾਂ ਦੀਆਂ ਇੰਡਸਟਰੀਆਂ ਬਿਕਵਾ ਦਿੱਤੀਆਂ, ਲੋਕ ਕੰਗਾਲ ਕਰਤੇ, ਕਰਜ਼ਈ ਕਰਤੇ, ਬੈਂਕਰਪਟ ਹੋ ਗਏ। ਅੱਜ ਇਹਨਾਂ ਦੀਆਂ 400 ਕਰੋੜ 500 ਕਰੋੜ ਦੀਆਂ ਇੰਡਸਟਰੀਆਂ ਦੀ ਗੱਲ ਕਰਦੇ ਆ, ਰੋਜ਼ ਲੜਾਈ ਹੁੰਦੀ ਆ ਭਰਾਵਾਂ ਦੀ, ਜੇ 200 ਕਰੋੜ 'ਚ ਫੈਸਲਾ ਹੋ ਗਿਆ 250 ਕਰੋੜ 'ਚ ਹੋ ਗਿਆ, ਕਿਆ ਇਸ ਮਾਡਲ ਨਾਲ ਚੱਲਣਗੇ? ਕਿਆ ਇਸੇ ਤਰ੍ਹਾਂ ਪੰਜਾਬ ਦੀ ਇੰਡਸਟਰੀ ਦਾ ਮਨੋਪਲੀ ਕ੍ਰੀਏਟ ਕਰਕੇ ਖਤਮ ਕਰਾਉਣਗੇ? ਇਹ ਮਾਡਲ ਰਾਜਾ ਬੜਿੰਗ ਜੀ ਲੈ ਕੇ ਆਉਣਗੇ? ਮੈਂ ਤਾਂ ਅਪੀਲ ਕਰਦਾ ਹਰ ਵਿਅਕਤੀ ਨੂੰ, ਪਰ ਖਾਸ ਤੌਰ 'ਤੇ ਹਰ ਲੇਡੀ ਨੂੰ, ਲੁਧਿਆਣਾ ਕੌਂਸਟੀਚੁਐਂਸੀ ਦੀ ਨੂੰ, 100 ਵਾਰ ਦੇਖੀਓ ਰਾਜਾ ਬੜਿੰਗ ਦੇ ਪਿੱਛੇ ਬੈਂਸਾਂ ਦਾ ਚਿਹਰਾ ਦੇਖ ਕੇ ਵੋਟ ਪਾਈਓ ਕਿ ਰੇਪਿਸਟ ਇਹਨਾਂ ਦੇ ਪਿੱਛੇ ਹੈ, ਇਹ ਰੇਪਿਸਟ ਦੇ ਘਨੇਰੇ 'ਤੇ ਚੜ੍ਹ ਕੇ ਇਲੈਕਸ਼ਨ ਲੜ ਰਿਹਾ ਹੈ, ਉਹਦੀਆਂ ਫੌੜੀਆਂ ਲੈ ਕੇ ਇਲੈਕਸ਼ਨ ਲੜ ਰਿਹਾ। ਜੇ ਇੰਨੇ ਗਿਰਨਾ ਸੀ ਜਿੱਤ ਲਈ ਤਾਂ ਲਾਣਾ ਤਾਂ ਇਲੈਕਸ਼ਨ ਹੀ ਨਾ ਲੜਦਾ ਰਾਜਾ ਬੜਿੰਗ ਇੱਥੇ ਆ। ਰਾਜਾ ਬੜਿੰਗ ਹੁਣ ਵੀ ਪੈਕ ਕਰਕੇ ਵਾਪਸ ਚਲੇ ਜਾ, ਠੀਕ ਹੈ, ਉਹਦੇ ਕੋਲ ਕੋਈ ਨੈਤਿਕ ਅਧਿਕਾਰ ਨਹੀਂ ਹੈ। ਮੈਨੂੰ ਖੁਸ਼ੀ ਹੋਊਗੀ ਜੇ ਕੱਲ੍ਹ ਰਾਜਾ ਬੜਿੰਗ ਦੋਨੇ ਭਰਾਵਾਂ ਨੂੰ ਕਵੇ ਚੱਲੋ ਬਾਹਰ ਨਿਕਲੋ, ਆਈ ਵਿਲ ਸਲਿਊਟ ਹਿਮ ਜੇ ਕਰੂਗਾ, ਪਰ ਆਈ ਵਿਲ ਰਿਬਿਊਕ ਹਿਮ ਜੋ ਨਹੀਂ ਕਰੂਗਾ। ਮੈਂ ਅਜੇ ਉਸ ਭੈਣ ਨੂੰ ਆਪਣੀ ਨੂੰ ਕਹੂੰਗਾ, ਹਰ ਰੈਲੀ 'ਚ ਜਾਊਗੀ, ਉੱਥੇ ਜਾ ਕੇ ਪੁੱਛੂਗੀ ਕਿ ਰੇਪਿਸਟ ਨਾਲ ਕਿਉਂ ਬਹਾਲਿਆ। ਇਹ ਬਹੁਤ ਛੋਟਾ ਸਵਾਲ ਨਹੀਂ ਹੈ, ਬਹੁਤ ਬੜਾ ਹੈ। ਤੁਸੀਂ ਕਦਰੋਂ ਕੀਮਤ ਇਸ ਹੱਦ ਤੱਕ ਇਲੈਕਸ਼ਨ ਲਈ ਵਿਕ ਜਾਂਦੇ ਹੋ, ਦੇਖ ਦਿੰਦੇ ਹੋ, ਤੁਹਾਡੇ ਕਰੈਕਟਰ ਇੰਨੇ ਮਾੜੇ, ਇੰਨੇ ਸੋੜੇ ਹੋ ਜਾਂਦੇ ਹੈ। ਰਾਜਾ ਬੜਿੰਗ ਜੀ, ਤੁਸੀਂ ਕਿੱਦਾਂ ਚਿਹਰਾ ਦਿਖਾਓਗੇ ਲੋਕਾਂ ਨੂੰ ਜਾਂ ਰੇਪਿਸਟ ਨਾਲ ਬੈਠਾ ਹੋਊਗਾ ਤੁਹਾਡੇ? ਐਂਡ ਲਾਣਤ ਹੈ ਕਾਂਗਰਸ ਦੇ ਉਸ ਤੁਰਕ ਦੇ ਪੱਤੇ ਦੀ ਜਿਹੜਾ ਨਾਲ ਲਈ ਖੜਾ ਦੋ ਰੇਪਿਸਟ ਨੂੰ, ਤੇ ਭੈਣ ਜਾ ਕੇ ਕੁਛ ਬੋਲਦੀ ਹੈ, ਮਾਂ ਕੁਛ ਬੋਲਦੀ ਹੈ, ਖੜਗੇ ਸਾਹਿਬ ਕੁਛ ਬੋਲਦੇ ਹੈ ਬੈਂਗਲੋਰ 'ਚ ਜਾ ਕੇ, ਤੇ ਇਹ ਜੱਫੀਆਂ ਪਾਉਂਦੇ ਆ ਉਹਨਾਂ ਨੂੰ। ਆਈ ਸਟਰੋਂਗਲੀ ਕੰਡੈਮ ਦਿਸ ਐਕਟ ਆਫ ਰਾਜਾ ਬੜਿੰਗ, ਐਂਡ ਮੈਂ ਸਮਝਦਾ ਪੂਰੇ ਪੰਜਾਬ 'ਚ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇਸ ਕਿਸਮ ਦੇ ਪੋਲੀਟੀਕਲ ਓਪਰਚੁਨਿਸਟ ਨੂੰ ਵੋਟ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ ਹੈ। ਪਿਛਲੇ ਸਮੇਂ ਵਿੱਚ ਵੱਖ ਵੱਖ ਸਮੇਂ ਦੀਆਂ ਸੈਂਟਰਲ ਗੌਰਮੈਂਟ ਨੇ ਸਟੇਟ ਸਬਜੈਕਟ ਨੂੰ ਪਰਮਨੈਂਟ ਲਿਸਟ ਵਿੱਚ ਪਾ ਕੇ ਸੈਂਟਰ ਦਾ ਕੰਟਰੋਲ ਬਣਾ ਲਿਆ, ਭਾਵੇਂ ਉਹ ਐਜੂਕੇਸ਼ਨ ਸੀ, ਭਾਵੇਂ ਉਹ ਐਨ ਸੀ। ਅਸੀਂ ਵੀ ਵਿਲ ਸਟ੍ਰਾਈਵ ਔਨ ਦੈਟ ਕਿ ਮੁੜ ਕੇ ਸਟੇਟ ਦੇ ਜਿਹੜੇ ਪਾਵਰ ਸੀਗੀਆਂ ਉਹ ਸਟੇਟ ਕੋਲ ਆਉਣ, ਉਹ ਸਟੇਟ ਲਿਸਟ ਤੋਂ ਬਾਹਰ ਜਿਹੜੀਆਂ ਕੰਟੈਂਟ ਸੀ ਉਹ ਤੋਂ ਡਿਲੀਟ ਹੋਣ। ਇਸ ਜਿਹੜਾ ਨੈਕਸਟ ਇੰਪੋਰਟੈਂਟ ਹੈ, ਮਨਿਓਰਟੀਜ਼ ਨੂੰ ਕਰਸ਼ ਨਹੀਂ ਕਰਨ ਦੇਵਾਂਗੇ, ਤੇ ਜਿਹੜਾ ਉਹ ਤੋਂ ਵੱਡਾ ਹੈਗਾ ਕਿ ਕਿਸੇ ਵੀ ਮਨਿਓਰਟੀ ਦੇ ਰਿਲੀਜੀਅਸ ਅਫੇਅਰ ਵਿੱਚ ਵਕਤ ਦੀਆਂ ਸਰਕਾਰਾਂ ਨੂੰ ਦਖਲ ਦੇਣ ਦਾ ਅਧਿਕਾਰ ਨਹੀਂ ਹੋਊਗਾ। ਜਿਵੇਂ ਹਜ਼ੂਰ ਸਾਹਿਬ ਦੀ ਕਮੇਟੀ ਵਿੱਚ ਪਹਿਲਾਂ
ਪਹਿਲਾਂ 4 ਸਿੱਖ ਮੈਂਬਰ ਪਾਰਲੀਮੈਂਟ ਇਲੈਕਟ ਹੋ ਕੇ ਜਾਂਦੇ ਸੀ। ਪਹਿਲੇ ਗਏ ਟੌੜਾ ਸਾਹਿਬ, ਗਏ ਬਰਨਾਲਾ ਸਾਹਿਬ, ਗਏ ਸੁਖਦੇਵ ਸਿੰਘ ਲਿਬੜਾ ਗਏ, ਤੇ ਇੱਕ ਜਿਹੜਾ ਹੁੰਦਾ ਸੀਗਾ ਜੰਮੂ ਕਸ਼ਮੀਰ ਤੋਂ ਸਿੱਖ ਹੋ ਗਿਆ ਸੀ। ਟੌੜਾ ਸਾਹਿਬ 5 ਸਾਲ ਹਜ਼ੂਰ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਰਹੇ। ਇਹਨਾਂ ਨੇ ਮੈਂਬਰ ਖਤਮ ਕਰਤੇ ਪਾਰਲੀਮੈਂਟ ਵਾਲੇ, ਐਸ ਜੀ ਪੀ ਸੀ ਵਾਲੇ 4 ਨੁਮਾਇੰਦੇ ਆ, ਜੋ 2 ਕਰਤੇ, ਚੀਫ ਖਾਲਸਾ ਦੀਵਾਨ ਵਾਲਾ ਕੱਢਤਾ, ਸਿੱਖ ਸਭਾਵਾਂ ਵਾਲਾ ਕੱਢਤਾ, ਪ੍ਰੈਜ਼ੀਡੈਂਟ ਨੋਮੀਨੇਟ ਕਰਨ ਦੀ ਪਾਵਰ ਕਰਤੀ। ਇਹ ਗਵਰਨਮੈਂਟ ਹੈਜ਼ ਨੋ ਰਾਈਟ ਟੂ ਇੰਟਰਫੇਅਰ ਇਨ ਦੀ ਰਿਲੀਜੀਅਸ ਅਫੇਅਰ ਆਫ ਦੀ ਸਿੱਖਸ। ਫਿਰ ਪਟਨਾ ਸਾਹਿਬ ਦੇ ਵਿੱਚ ਵੀ ਇੰਟਰਫੇਅਰ ਕਰਕੇ ਆਪਣਾ ਕੰਟਰੋਲ ਕਰਦੇ ਆ। ਦਿੱਲੀ 'ਚ ਜਿਵੇਂ ਭਜਨ ਲਾਲ ਸਾਰਾ ਕਾਂਗਰਸ ਚਲੇ ਗਿਆ ਸੀ, ਜਨਤਾ ਪਾਰਟੀ ਕਾਂਗਰਸ ਸਾਡੇ ਸਾਰਿਆਂ ਨੂੰ ਲੈ ਗਏ, ਹਰਿਆਣੇ ਦੀ ਕਮੇਟੀ ਤੋੜਤੀ, ਵੀ ਵਿਲ ਨੋਟ ਅਲਾਓ ਦੀ ਸਿੱਖ ਟੂ ਹੈਪਨ ਜਿਹੜੀਆਂ ਮਿਨੋਰਟੀਜ਼ ਦੇ ਰਾਈਟ 'ਤੇ ਇੰਟਰਫੇਅਰ ਕਰਦੇ। ਅਕਾਲੀ ਦਲ ਮੰਗਦਾ ਹੈ ਕਿ ਹੀ ਹੈਜ਼ ਨੋ ਰਾਈਟ ਟੂ ਕਾਲ ਹਿਮਸੈਲਫ ਏ ਸਿੱਖ ਰਿਪ੍ਰੈਜ਼ੈਂਟੇਟਿਵ ਆਫਟਰ ਰਿਸੀਵਿੰਗ ਏ ਆਨਰ ਫਰੋਮ ਦੀ ਕਾਂਗਰਸ ਲੀਡਰ ਮਿਸਟਰ ਰਾਹੁਲ ਗਾਂਧੀ। ਤੁਹਾਨੂੰ ਸਿੱਧੀ ਗੱਲ ਕਰਦੀ, ਬੀਜੇਪੀ ਨੂੰ 5 ਗੱਲਾਂ ਹੁਣ ਮੰਨਣ ਨੂੰ ਕਿਹਾ ਸੀ। ਕੋਈ ਵੀ ਨੈਸ਼ਨਲ ਬਣਨ ਵਾਲੀ ਗੌਰਮੈਂਟ ਪਹਿਲਾਂ ਗੌਰਮੈਂਟ ਦੀ ਸਪੋਰਟ ਕਰਨ ਤੋਂ ਪਹਿਲਾਂ ਗੱਲਾਂ ਇੱਥੇ ਮੰਗਣਾ ਕੇ ਫਿਰ ਦੇਖਾਂਗੇ ਕਿਹਦੇ ਨਾਲ ਜਾਣਾ ਨਹੀਂ। ਸਾਰੇ ਪੰਜਾਬ ਦੇ ਹਾਲਾਤਾਂ ਦੇ ਪਾਰਟੀਆਂ ਦੇ ਬਾਰੇ ਚਾਨਣਾ ਪਾਇਆ। ਬਹੁਤ ਸਤਿਕਾਰਯੋਗ ਹਰੀਸ਼ ਰਾਏ ਢਾਂਡਾ ਜੀ ਨੇ ਬੜੇ ਜਜ਼ਬਾਤੀ ਸ਼ਬਦਾਂ ਵਿੱਚ ਇਸ ਲੁਧਿਆਣੇ ਦੀ ਨਵੀਂ ਤਬਦੀਲੀ ਦੇ ਬਾਰੇ 'ਚ ਆਪਣੇ ਨਾਲ ਜਾਣਕਾਰੀ ਤੁਹਾਡੇ ਪਾਈ ਹੈ। ਰਾਜਨੀਤਿਕ ਤੌਰ 'ਤੇ ਬਹੁਤ ਕੁਛ ਕਿਹਾ ਗਿਆ। ਮੈਨੂੰ ਲੱਗਦਾ ਹੈ ਕਿ ਜਿਹੜੀ ਕੱਲ੍ਹ ਪਰਸੋਂ ਤਸਵੀਰ ਆਈ ਹੈ, ਉਹ ਤਸਵੀਰ ਬੜੀ ਦੁਖਦਾਈ ਹੈ। ਮੇਰੇ ਦਿਲ ਨੂੰ ਬਹੁਤ ਵੱਡਾ ਦੁੱਖ ਲੱਗਾ, ਅਤੇ ਮੈਨੂੰ ਲੱਗਦਾ ਵੀ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਆ ਜਿਹੜੇ, ਉਹਨਾਂ ਦੇ ਮਨ 'ਤੇ ਵੀ ਦੁੱਖ ਲੱਗਾ ਹੋਊਗਾ, ਭਾਵੇਂ ਕਿਸੇ ਪਾਰਟੀ 'ਚ ਕਿਉਂ ਨਹੀਂ ਬੈਠੇ ਆ। ਕਿ ਜਿਹੜਾ ਘਰ ਹੈ ਉਹ ਇੰਦਰਾ ਗਾਂਧੀ ਦਾ ਘਰ ਹੈ, ਅਤੇ ਉਸ ਇੰਦਰਾ ਗਾਂਧੀ ਦੇ ਪੁੱਤਰ ਦਾ ਘਰ ਹੈ। ਇੰਦਰਾ ਉਹ ਜਿਹਨੇ ਟੈਂਕ ਤੋਂ ਚਾੜੇ, ਅਕਾਲ ਤਖ਼ਤ ਆਇਆ, ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਬੰਨਿਆ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਬੈਠਾ ਜਿਹੜਾ ਸਾਡਾ ਗ੍ਰੰਥੀ ਸਿੰਘ ਆ, ਉਹ ਚੜ੍ਹਾਈ ਕਰਦਾ, ਅਤੇ ਜਿਹੜਾ ਉਹਦਾ ਪੁੱਤਰ ਹੈ ਰਾਜੀਵ ਗਾਂਧੀ, ਉਹ ਇਹ ਗੱਲ ਕਹਿੰਦਾ ਕਿ ਬੜਾ ਦਰਖਤ ਗਿਰਦਾ ਤਾਂ ਧਰਤੀ ਹਿਲਦੀ ਆ, ਆਪਣੀ ਭਰਜਾਈ ਨੂੰ ਇਹ ਗੱਲ ਕਹਿੰਦਾ ਕਿ ਸਰਦਾਰ ਕੀ ਬੇਟੀ ਗਦਾਰ ਕੀ ਬੇਟੀ, ਅਤੇ ਉਹਦਾ ਗਾ ਪੋਤਾ ਜਿਹੜਾ ਉਹਨਾਂ ਸਾਰਿਆਂ ਦਾ ਵਾਰਸ ਆ, ਉਹਨੇ ਅੱਜ ਤੱਕ ਇਸ ਗੱਲ ਦਾ ਖਿਆਲ ਨਹੀਂ ਕੀਤਾ ਕਿ ਟਾਈਗਰ ਮੇਰੇ ਖੱਬੇ ਬੈਠਾ ਤਾਂ ਸੰਜੇ ਕੁਮਾਰ ਸੱਜੇ ਬੈਠਾ, ਕਾਤਲ ਲੋਕ ਨੇ। ਦਰਬਾਰ ਸਾਹਿਬ ਆਇਆ, ਨਮਸਕਾਰ ਕੀਤੀ ਆ, ਮੱਥਾ ਟੇਕਿਆ, ਹਰੇਕ ਤਰ੍ਹਾਂ ਦੀ ਸੇਵਾ ਦੇ ਵਿੱਚ ਕੋਈ ਵਿਘਨ ਨਹੀਂ ਪਾਇਆ ਗਿਆ, ਉਹਦੀ ਸਪੋਰਟ ਕੀਤੀ ਗਈ। ਪਰ ਉਹਨੂੰ ਇਹ ਸਵਾਲ ਪੁੱਛਿਆ ਕਿ ਜਿਹੜੇ ਅਕਾਲ ਤਖ਼ਤ ਨੂੰ ਤੇਰੀ ਦਾਦੀ ਢਾ ਕੇ ਗਈ ਸੀ, ਤੂੰ ਇਹਨੂੰ ਦੇਖਦਾ? ਇਹ ਉਸ ਤੋਂ ਵੀ ਉੱਚਾ ਉਸਰ ਗਿਆ ਕਿ ਦਿੱਲੀ ਦੇ ਅੰਦਰ ਜਿਹੜੀ ਵਿਧਵਾਵਾਂ ਦੀ ਬਸਤੀ ਆ, ਬੈਠੇ ਆ ਪ੍ਰਧਾਨ ਜੀ, ਇਸ ਦੁੱਖ ਦਾ ਜਿਹੜਾ ਜ਼ਖਮ ਇਹਨਾਂ ਦੇ ਅੱਜ ਵੀ ਹੱਲਾ, ਕਿ ਉਹ 1.5 ਕਿਲੋਮੀਟਰ ਤੇਰੇ ਘਰ ਤੋਂ ਬਸਤੀ ਜਾ ਕੇ ਗਿਆ ਕਦੇ ਤਸਵੀਰਾਂ ਖਿਚਾਉਣ ਆਇਆ? ਅੱਜ ਇਹ ਗੱਲ ਕਰ ਰਹੇ ਹਾਂ ਕਿ ਉਸ ਘਰ ਦੇ ਅੰਦਰ ਇੱਕ ਮੇਰੇ ਦਾ ਮਨ 'ਚ, ਕਿਉਂਕਿ ਮੇਰੇ ਨਾਲ ਸੰਬੰਧਿਤ ਆ ਸਰਦਾਰ ਬਲਵਿੰਦਰ ਸਿੰਘ ਜੀ ਬੈਂਸ ਸਾਹਿਬ, ਮੇਰੇ ਸਤਿਕਾਰਯੋਗ ਭਰਾ ਨੇ,
ਬਹੁਤ ਵੱਡੇ ਜਜ਼ਬਾਤੀ ਤੌਰ ਤੇ ਗੱਲਾਂ ਵੀ ਕਿਤੇ ਮੇਰੇ ਮਨ ਤੇ ਬਹੁਤ ਭਾਰੀ ਠੇਸ ਹੈ। ਸੋ ਇਹ ਇੱਕ ਮਾੜੀ ਤਸਵੀਰ ਆ, ਸਾਨੂੰ ਇਹ ਗੱਲ ਕਦੇ ਭੁੱਲਣੀ ਨਹੀਂ ਚਾਹੀਦੀ। ਤੇ ਖਾਸ ਤੌਰ ਤੇ ਇੱਕ ਐਸੀ ਸੰਸਥਾ ਜਿਹੜੀ 103 ਸਾਲ ਪੁਰਾਣੀ ਸੰਸਥਾ ਤੇ ਜਿਹੜੀਆਂ ਜਿਹਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਧਰਮ ਲਈ, ਕੌਮ ਲਈ, ਠੀਕ ਆ ਸਿਆਸਤ ਦਾ ਕਹਿੰਦੇ ਆ ਨਾਲ ਨਿਬੇੜ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ, ਪਰ ਹਰ ਗੱਲ ਦਾ ਜਵਾਬ ਵੀ ਹੁੰਦਾ ਇਹੋ ਜਿਹੀ ਕੋਈ ਗੱਲ ਨਹੀਂ। ਸੰਸਥਾਵਾਂ ਨੂੰ ਲੋਕ ਮੇਰੇ ਵਰਗਾ ਬੈਠਾ ਹੋਵੇ, ਗਲਤ ਬੰਦਾ ਹੋਵੇ, ਨਾ ਕਾਬਲ ਹੋਵੇ, ਉਹਦੇ ਬਾਰੇ ਕਹਿ ਸਕਦੇ ਹਾਂ। ਸੰਸਥਾਵਾਂ ਬਹੁਤ ਚੜ੍ਹਦੀ ਕਲਾ ਵਾਲੀਆਂ ਨੇ, ਸਿੱਖਾਂ ਦੀ ਨੁਮਾਇੰਦਗੀ ਕਰਦੀਆਂ ਨੇ। ਉਹਦਾ ਵਿੱਚ ਬੈਠਣ ਵਾਲਾ ਬੰਦਾ ਜੇ ਇਹ ਗੱਲ ਕਾਂਗਰਸ ਦੇ ਰਾਹੁਲ ਗਾਂਧੀ ਤੋਂ ਸਰੋਪਾ ਪਵਾਵੇ, ਉਹਦੇ ਨਾਲ ਖੜ ਕੇ ਤਸਵੀਰ ਖਿਚਾਵੇ, ਤੇ ਮੈਨੂੰ ਲੱਗਦਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ 84 ਦੇ ਜੂਨ ਦੇ ਹੱਲੇ ਤੇ ਵੀ ਮੋਹਰ ਲਾਉਂਦਾ, ਤੇ ਜੂਨ ਜਿਹੜੀ ਨਵੰਬਰ ਦਾ ਜਿਹੜਾ ਸਿੱਖ ਕਤਲੇਆਮ ਉਹ ਤੇ ਵੀ ਮੋਹਰ ਲਾਉਂਦਾ। ਇਹ ਇੱਕ ਬੜੀ ਮਾੜੀ ਤਸਵੀਰ ਆ, ਜਿਸ ਗੱਲ ਨਾਲ ਮੇਰਾ ਦਿਲ ਬਹੁਤ ਜ਼ਿਆਦਾ ਦੁਖਿਆ। ਵੱਡਾ ਆਪਣੇ ਆਪ ਨੂੰ ਸਿੱਖ ਆਉਂਦਾ ਸੀ, 500 ਸਾਲ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਬਹੁਤ ਵੱਡਾ ਰਸਤਾ ਬਣਾਇਆ ਸੀ, ਮਾਰਗ ਬਣਾਇਆ ਸੀ, ਬੜੀਆਂ ਸੇਵਾਵਾਂ ਕੀਤੀਆਂ। ਤੇ ਗਿਆਨੀ ਜੈਲ ਸਿੰਘ ਦੇ ਸਿਰ ਤੇ ਦਸਤਾਰ ਸੀ ਤੇ ਉਹਨੇ ਗਿਆਨੀ ਵੀ ਕੀਤੀ, ਨਾਂ ਦੇ ਨਾਲ ਗਿਆਨੀ ਸੀ। ਤੇ ਜਦੋਂ ਬਲਿਊ ਸਟਾਰ ਆਪਰੇਸ਼ਨ ਹੁੰਦਾ, ਜਿਹੜੇ ਫੌਜੀ ਮਰਦੇ ਆ, ਕਾਂਗਰਸ ਨੇ ਗਿਆਨੀ ਜੈਲ ਸਿੰਘ ਦਾ ਉਹਨਾਂ ਦੇ ਫੌਜੀਆਂ ਦਾ ਸਨਮਾਨ ਕਰਾਇਆ ਸੀ। ਕੀ ਅਖਲਾਕ ਤੌਰ ਤੇ ਉਹਦਾ ਵਾਜਬ ਸੀ, ਉਹ ਆਪਣਾ ਫੈਸਲਾ। ਇੱਥੇ KVS ਗਿੱਲ ਦੇ ਸਿਰ ਤੇ ਵੀ ਦਸਤਾਰ ਸੀ, ਇੱਥੇ ਬੇਅੰਤ ਸਿੰਘ ਦੀ ਜਿਹਦੀ ਗੱਲ ਕਰਦੇ ਆ, ਜਿਹਦੇ ਨਾਂ ਦੇ ਨਾਲ ਬੁੱਚਣ ਲੱਗਦਾ, ਉਹ ਵੀ ਇੱਕ ਸਰਦਾਰ ਸੀ। ਸੋ ਇਸ ਕਰਕੇ ਇਹ ਜੇ ਤੁਹਾਡਾ ਅਖਲਾਕ ਜਿਹੜਾ ਵਾ ਉਹ ਕੀ ਕਹਿੰਦਾ ਵਾ ਗੱਲ, ਤਾਂ ਉਸ ਦੀ ਸੋਚ ਇਸੇ ਕਰਕੇ ਪ੍ਰਗਟ ਕੀਤਾ। ਸੰਸਥਾਵਾਂ ਕਮਜ਼ੋਰ ਨਹੀਂ ਹੁੰਦੀਆਂ, ਪਾਰਟੀਆਂ ਕਮਜ਼ੋਰ ਨਹੀਂ ਹੁੰਦੀਆਂ, ਪਾਰਟੀਆਂ 'ਚ ਕੰਮ ਕਰਨ ਵਾਲੇ ਕਿਰਦਾਰ ਕਮਜ਼ੋਰ ਹੁੰਦੇ ਆ। ਸੋ ਇਸ ਕਰਕੇ ਉਹਨਾਂ ਨੇ ਜਿਹੜਾ ਫੈਸਲਾ ਲਿਆ ਉਹਦਾ ਜਵਾਬ ਲੋਕ ਦੇਣਗੇ, ਤੁਸੀਂ ਦਿਓਗੇ।